ਆਪੇ ਕਿੱਦਾਂ ਹੋ ਜਾਂਦਾ ਹਲਿਆ ਆਪੇ ਹੋ ਜਾਂਦਾ ਉਹ ਨਹੀਂ ਕਿਹਦਾ ਆਪੇ ਗੇਅਰ ਨਿਕਲਦੇ 100 ਉੱਤੇ ਜਾਣ ਦੇ ਆ दूजे दी गरारियां जिहड़ियां हो गईयां जिथे तक लगता ओहदा गियर वाला काम ज्यादा हो गया एकदम गियर कट ते पुराना मुड़ सीगा जिगरा नहीं पैन डे सा साइड कर मगर ली फोटो कर लगे जगे बहुत सोहना लगता मैं सैट आ पूरा एना घेंट चोपर देख तू चोपर है ना बोकदा ही आया बाबे झंडा ए अपना ओ ही बनती भैया Listen bro, go ahead. हो गया सदा मैं दिया जगह हो गई यू। एक छोरी ही करो। ओए। वो कहाँ जा रहा है जे? किधर मुड़ी है मेरा? अब क्या गाले यार मोटर साड़ा हो चुका है खराब खराब इतना हो गया कि उठे एक ने बुद्धू कम करता है साढ़े ने 100+ जान दिया ही मोटर 100+ का 100+ के गेयर करते सारे पुराना है ना मोटर से उठे एक ने ना को दम करते और तो मोटा पतले और करारियां जड़िया चैन चैन आड़िया जड़िया गिर आड़िया वो टूट गई है वो टूट गई है मेरी घर एक ही है जो बोल दिया है नहीं छट छट लत हूं मैं रेड़ दवा उतर के रेड़ दा हूं तो उतर के चलना इतो नहीं कट दो बोट बंद हो गए सारा काम करके रात ला ए मगर मोटरसाइकिल ओडा हूं वायरिंग सड़ गई मड़ी जुतियां उधर जाके लाने गां जाके पहुंच चुके बाबे राम जोगी पी जी दे बुलंद पहुंचे इदा कि जेड़ा साडा मोटरसाइकिल
ਮੰਨੂ ਵਾਲਾ ਵੀ ਥੋੜਾ ਖੇਚਲ ਕਰ ਗਿਆ ਤੇ ਜਿਹੜਾ ਆਖਰੀ ਨਾਕਾ ਹੁੰਦਾ ਇੱਥੇ ਉੱਥੇ ਜਾ ਕੇ ਇਹਦੀ ਵਾਇਰਿੰਗ ਸੜ ਗਈ ਫਿਊਜ਼ ਹੋ ਗਿਆ ਸੀ ਬਸ ਤੋਂ ਜਗਬੀਰ ਦੇ ਮੋੜ ਦੇ ਮੋੜਦੇ ਹਨਾ ਉੱਥੇ ਕੀ ਜਾ ਕੇ ਹੋ ਗਿਆ ਇਹਦਾ ਕੰਮ ਥੋੜਾ ਮਾਨਸਾ ਕੋੜੀ ਆ ਇੱਥੋਂ ਮਾਨਸੇ ਜਾ ਕੇ ਉਹਦਾ ਵੀ ਕੰਮ ਕਰਾਉਣਾ ਪੈਣਾ ਇਹਦਾ ਵੀ ਕੰਮ ਕਰਾਉਣਾ ਪੈਣਾ ਉਹ ਫਿਊਜ਼ ਵਾਲਾ ਕੰਮ ਹੀ ਆ ਫਿਊਜ਼ ਅਸੀਂ ਜਦੋਂ ਪਹਿਲਾਂ ਇੱਕ ਦਿਨ ਪਹਿਲਾਂ ਫਿਊਜ਼ ਸੜੇ ਆਪਣੇ ਦੋ ਸੜੇ ਸਾਡੇ ਅਸੀਂ ਐਕਸਟਰਾ ਲੈਣ ਲੱਗੇ ਸੀਗੇ ਜਿੱਦਣ ਸਰਵਿਸ ਕਰਾਈ ਆ ਉਦਣ ਐਕਸਟਰਾ ਲੈਣ ਲੱਗੇ ਸੀਗੇ ਪਰ ਅਸੀਂ ਕਾਹਲੀ ਕਾਹਲੀ ਦੇ ਜਾਣ ਦੇ ਚੱਕਰ ਚ ਕਲਪਦੇ ਕਲਪਦੇ ਅਸੀਂ ਲਿਆ ਨੀ ਕਿ ਅਸੀਂ ਲੈ ਗਏ ਸਟਾਰਟ ਕਰਕੇ ਅਸੀਂ ਚੱਲ ਸੈੱਟ ਹੋਈ ਗਿਆ ਬਾਅਦ ਚ ਕੋਈ ਪ੍ਰੋਬਲਮ ਨੀ ਆਈ ਹੁਣ ਜਾ ਕੇ ਮੈਂ ਕਿਹਾ ਬਾਹਰੋਂ ਆਇਆ ਗੇਟਾਂ ਨੂੰ ਕਿੱਲੀ ਚੱਕਤੀ ਗੇਅਰ ਗੂਰ ਵਾਲੀ ਗਰਾਰੀ ਟੁੱਟ ਟੁੱਟ ਗਈ ਮੇਰੇ ਖਿਆਲ ਸਾਰਾ ਕੰਮ ਹੋ ਗਿਆ ਵਾਲ ਵਿੰਗੇ ਹੋ ਗਿਆ ਸਾਰਾ ਹੀ ਹੋ ਗਿਆ ਇਸੇ ਗੱਲੋਂ ਕੈਕ ਪ੍ਰੈਸ਼ਰ ਨੀ ਬਣਾ ਰਹੀ ਕੈਕ ਵੀ ਫ੍ਰੀਜ ਹੀ ਹੋਈ ਜਾਂਦੀ ਨਾ ਉਹ ਸਟਾਰਟ ਹੋਏ ਲੱਤ ਲਾ ਕੇ ਲਿਆਏ ਸਲਾਹ ਸਰਨਾ ਅੱਧੀ ਵਾਰ ਮੈਨੂੰ ਲਾਉਂਦਾ ਲਿਆਇਆ ਅੱਧੀ ਵਾਰ ਉਹ ਆਪ ਲਾਉਂਦਾ ਲਵਾਇਆ ਬਸ ਉਹਦਾ ਕੰਮ ਕਰਕੇ ਖਰਾਬ ਹੋ ਗਿਆ ਸਾਰਾ ਕੰਮ ਤੂੰ ਕਿੱਥੇ ਸੀ ਹੋਰ ਆਉਣ ਡੇ ਆ ਅੱਖਾਂ ਲਾਲ ਹੋਈਆਂ ਬਹੁਤ ਜ਼ਿਆਦਾ ਮੇਰੀ ਤਾਂ ਲਾਤੀ ਦੁਖੀ ਆਂਡੀ ਹੈ ਲਾਤੀ ਦੁਖੀ ਆਂਡੀ ਇਹ ਪਹੁੰਚ ਗਏ ਜਿੱਦਾਂ ਮਰਜ਼ੀ ਟਰੈਕਟਰ ਦੱਸੋ ਤੁਸੀਂ ਕਿੰਨਾ ਕੁ ਚਲਾਇਆ ਦੱਸੋ ਮਾੜਾ ਜਿਹਾ ਹਾਂ ਨਵਾਂ 4x4 ਜਿਹੜਾ ਅਸੀਂ ਦੇਖਦੇ ਆਏ ਅਸੀਂ ਮੋਟਰਸਾਈਕਲ ਦੀ ਤੰਗੀ ਚ ਵਾਰ ਵਾਰ ਅੱਗੇ ਪਿੱਛੇ ਹੁੰਦੇ ਸੀ ਹੁਣ ਜਿਹੜੇ ਤੁਹਾਡੇ ਮੋਟਰਸਾਈਕਲ ਖਰਾਬ ਆ ਸਾਡੀਆਂ ਟਰਾਲੀਆਂ ਖਾਲੀ ਆ ਉਹਨਾਂ ਚ ਲਾ ਦਿਓ ਇਸ ਵੇ ਨੂੰ ਆਫਰ ਵੀ ਲਾ ਦੇਣੀ 500 ਰੁਪਏ ਚ ਲੱਕੀ ਟਰਾਲੀ ਨਹੀਂ ਨਹੀਂ ਉਹ ਇੰਨਾ ਵੀ ਨਹੀਂ ਹੋ ਗਿਆ ਇਹਨਾਂ ਦਾ ਫਿਊਜ਼ ਹੀ ਸੜਿਆ ਇਕੱਲਾ ਦਿਹਾੜੀ ਲੈ ਲਈ ਉਹ ਤੋਂ ਦਿਹਾੜੀ ਪੂਰੀ ਲਾ ਦੇਣੀ ਹੁਣ ਪਤਾ ਕਰਨਾ ਆਪਾਂ ਅੱਜ ਅਸੀਂ ਪ੍ਰਸ਼ਾਦਾ ਛਕ ਲਿਆ ਪ੍ਰਸ਼ਾਦਾ ਛਕ ਕੇ ਤੇ ਹੁਣ ਅਸੀਂ ਦੋ ਤਿੰਨ ਗਿੜੀਆਂ ਲਾ ਕੇ ਤੇ ਬਾਬੇ ਦੀ ਬਾਂਦ ਵੱਲ ਦੇਖਣਾ ਮੱਥਾ ਅਸੀਂ ਕੱਲ ਨੂੰ ਟੇਕਾਂਗੇ ਹਨਾ ਕੱਲ ਨੂੰ ਮੱਥਾ ਟੇਕਾਂਗੇ ਸਵੇਰ ਨੂੰ ਇਸ਼ਨਾਨ ਕਰਕੇ ਤੇ ਮੋਟਰਸਾਈਕਲ ਚੱਕਣੇ ਆ ਅਸੀਂ ਲੱਤ ਲਾ ਕੇ ਅਸੀਂ ਲੈ ਜਾਣੇ ਮਾਨਸੇ ਤੋਂ ਜੇ ਸੈੱਟ ਹੋ ਗਏ ਠੀਕ ਆ ਵੈਸੇ ਤਾਂ ਹੋਈ ਜਾਣੇ ਆ ਇਹਦਾ ਫਿਊਜ਼ ਦਾ ਚੱਕਰ ਆ ਉਹਦਾ ਗੇਅਰ ਬਾਕਸ ਵਾਲੇ ਦਾ ਤੇ ਉਹ ਸਾਰਾ ਕੰਮ ਕਰਾ ਕੇ ਭਾਵੇਂ ਸਾਡੀ ਅੱਧੀ ਦਿਹਾੜੀ ਲੱਗਦੀ ਅਸੀਂ ਉੱਧਰ ਨੂੰ ਤਿਆਰ ਕਰਕੇ ਸਿੱਧਾ ਹੀ ਚੱਲ ਜਾਣਾ ਅਸੀਂ ਤਲਵੰਡੀ ਸਾਬੋ ਕਿਉਂਕਿ ਜੇ ਅਸੀਂ ਨਾ ਗਏ ਫਿਰ ਲੱਸੀ ਪੈਣਾ ਉੱਥੋਂ ਜਾ ਕੇ ਮੱਥਾ ਟੇਕ ਕੇ ਉੱਥੇ ਵੀ ਅਸੀਂ ਘੁੰਮ ਫਿਰ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਫਿਰ ਘੁੰਮ ਫਿਰ ਕੇ ਹੈ ਨਾ ਸਾਰਾ ਫਿਰ ਆਇਆ ਪੁੱਤਾਂ ਨੂੰ ਉਹ ਦਿਖਾਵਾਂਗੇ ਲਾਸਟ ਟਾਈਮ ਵੀ ਜਾ ਕੇ ਆਪਾਂ ਦਿਖਾ ਕੇ ਆਇਆ ਉੱਥੇ ਬਹੁਤ ਸ਼ਾਂਤੀ ਬਾਬਾ ਖੁੱਲ੍ਹਾ ਡੁੱਲਾ ਉੱਥੇ ਏਰੀਆ ਵੀ ਉਦੋਂ ਬਾਅਦ ਆਪਾਂ ਫਿਰ ਆਣ ਕੇ ਇੱਥੇ ਰੈਸਟ ਕਰਨੀ ਆ ਸੇਵਾ ਕਰਾਂਗੇ ਤੇ ਉਹ ਤੋਂ ਅਗਲੇ ਦਿਨ ਜਦੋਂ ਵਾਪਸੀ ਆ ਸਾਡੀ 25 ਦੀ ਵਾਪਸੀ ਆ ਮਤਲਬ ਕੱਲ੍ਹ ਨੂੰ 24 ਅਸੀਂ ਤਲਵੰਡੀ ਸਾਬੋ ਕੱਢੇ ਹੋਣੀ ਤੇ ਮਾਨਸੇ ਕੱਢੇ ਹੋਣੀ ਆ ਪਰ ਇਸ ਵਾਰੀ ਪਹਿਲੀ ਵਾਰੀ ਏਦਾਂ ਹੋਈ ਆ ਆਪਣੇ ਅੰਮ੍ਰਿਤ ਆ ਆਪਣੇ ਹੀ ਆ ਇੱਥੇ ਬੈਠੇ ਹੋਣੇ ਹੈ ਨੀ ਇੱਧਰ ਭੰਗ ਦੇ ਪਕੌੜੇ ਆ ਜਾ ਇੱਕ ਵਾਰੀ ਵਿਚਾਲਾ ਪੰਜਾਬੀ ਰਾਵਲ ਆ ਗਈ ਬਾਬੇ ਦੀ ਬੁਲੰਦ ਮੈਨੂੰ ਆ ਪਤਾ ਨੀ ਕਿੱਦਾਂ ਮਿਲਿਆ ਮੈਨੂੰ ਖੁਸ਼ੀ ਚੜਨ ਡਈ ਫਿਰ ਤੋਂ ਵੀ ਫੋਨ ਆਇਆ ਯਾਰ ਬਾਬੇ ਦੀ ਮਿਹਰ ਹੋਈ ਅੱਜ ਆਈਫੋਨ 14 11 XR 12 ਸਾਰੇ ਆਏ ਪਏ ਆਈਫੋਨ ਹੋਏ ਪਏ ਬਾਬੇ ਨੇ ਮਿਹਰ ਹੀ ਨਹੀਂ ਕਰਤੀ ਦੇਖ ਲਓ ਕਿਸੇ ਟਾਈਮ ਸਾਡ ਤੋਂ ਓਪੋ ਵੀਵੋ ਨੋਕੀਆ ਹੁੰਦੇ ਹੈਗੇ ਮੇਰੇ ਤੋਂ ਨੋਕੀਆ ਹੁੰਦਾ ਸੀ ਬਹੁਤ ਚੱਲ ਰਿਹਾ ਹੁਣ ਬਾਹੋ ਦੇਖ ਲਓ ਹੁਣ ਬੁਲੰਦੀ ਬੜਦੀ ਪਈ ਸਾਰੀ ਜਿੱਦਾਂ ਜਿੱਦਾਂ ਕਹਿੰਦਾ ਢਾਈ ਜਾਂਦੇ ਹਨਾ ਉੱਦਾਂ ਉੱਦਾਂ ਚੱਕੀ ਜਾਂਦੇ ਨਵੀਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੀ ਬਾਅਦ ਚ ਹੁੰਦੇ ਆ ਫਰੈਸ਼ ਤਾਂ ਮੈਨੂੰ ਨੇ ਸਟੋਰੀ ਬਣਾਈ ਆ ਬੂਮਰੈਂਗ ਬਣਾਇਆ ਤੇ ਬਾਕੀ ਹੁਣ ਆਪਾਂ ਸਾਈਡ ਤੇ ਆ ਕੇ ਹੋਈਏ ਫਰੈਸ਼ ਥੋੜਾ ਕਦਮ ਲੱਕ ਲੋਕ ਸਿੱਧੇ ਕਰੀਏ ਲੱਤਾਂ ਲੁੱਤਾਂ ਦੁਖਦੀਆਂ ਹੋਣੀਆਂ ਅੱਗੇ ਕਰੀਏ ਬਹੁਤ ਚਿਰ ਅਸੀਂ ਲੱਤ ਲਾ ਕੇ ਲਿਆਏ ਆ ਮੋਟਰਸਾਈਕਲ ਤੇ ਫੈਟ ਟਾਈਮ ਆ ਕੇ ਮੇਰੇ ਵਾਲਾ ਵੀ ਜਵਾਬ ਦੇ ਗਿਆ ਹਾਂ ਚਲ ਕੋਈ ਗੱਲ ਨਹੀਂ ਹੁਣ ਤਾਂ ਬਾਬੇ ਦੀ ਮਿਹਰ ਰਹਿਣੀ ਹੋ ਜਾਣਾ ਸੈੱਟ ਮਾਨਸੇ ਤੋਂ ਕਰਾ ਕੇ ਹੁਣ ਕੱਲ੍ਹ ਨੂੰ ਇਹੀ ਕੰਮ ਕਰਨਾ ਲੋਕਾਂ ਨੇ ਮੇਰਾ ਦੇਖਣਾ ਆਪਾਂ ਬੋਲ ਲੈਣਾ ਚੱਕੀ ਆਹੋ ਜਿਤਨਾ ਗੁਰਦੁਆਰੇ ਘੁੰਮਣੇ ਹੋਏ ਠੀਕ ਆ ਤਲਵੰਡੀ ਸਾਬੋ ਅਸੀਂ ਜਾਣਾ ਜਾਣਾ ਆਉਂਦੇ ਹੋਏ ਮੂਸੇ ਪਿੰਡ ਵੀ ਹੋਇਆ ਉਸਤਾਦ ਦੇ ਆਪਣੇ ਪਿੰਡ
ਇਹ ਵਲੌਗ ਦੀ ਐਂਡਿੰਗ ਹੋ ਗਈ 25 ਤਰੀਕ ਨੂੰ, ਤਾਂ ਅੱਜ ਦੇ ਦਿਨ ਦੀ ਐਂਡਿੰਗ ਆਪਾਂ ਇੱਥੇ ਕਰ ਲੱਗੇ ਹਾਂ, ਅਗਲੇ ਤੋਂ ਬਾਅਦ ਆਪਾਂ ਕੋਈ ਸ਼ੂਟ ਕਰਾਂਗੇ, ਕੱਲ ਨੂੰ ਦਿਨੇ ਕਰਾਂਗੇ, ਹਰਮਨ ਨੇ ਸਟੋਰੀ ਪਾਈ, ਓਕੇ ਬਾਏ ਸਟੋਰੀ ਬਣਾ ਦਾਂਗੇ, ਸ਼ੁਕਰ ਆ ਤੂੰ ਉੱਠ ਗਿਆ ਵਾ, ਉਹ ਲਾਲ ਅੱਖਾਂ